ਸੋ ਹੇ ਗਾਇਸ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿਵੇਂ ਸਾਰੇ ਜਾਣੇ ਹੋਪ ਕਿ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਸੋ ਅੱਜ ਸਾਡੀ ਮਾਰਨਿੰਗ ਦੀ ਸ਼ੁਰੂਆਤ ਮਤਲਬ 11:30 ਵੱਜ ਗਿਆ ਤੇ ਸਾਰਿਆਂ ਦੀ ਫਰਮਾਇਸ਼ ਆ ਕਿ ਪੂੜੀ ਖਾਣੀ ਆ ਤੇ ਕਾਸ਼ਵੀ ਤੇ ਪਾਪਾ ਲਈ ਆਪਾਂ ਬਣਾ ਰਹੇ ਹਾਂ ਪੂੜੀ ਇੱਕ ਜਗ੍ਹਾ ਸਾਡੀ ਪੂੜੀ ਬਣਦੀ ਆ ਤੇ ਇੱਕ ਜਗ੍ਹਾ ਆਲੂ ਦਾ ਪਰਾਂਠਾ ਬਣਨਾ ਤੇ ਫਿਰ ਚਾਹ ਬਣਨੀ ਆ ਮੈਂ ਤੁਹਾਨੂੰ ਦਿਖਾਉਣੀ ਇੱਕ ਮਿੰਟ ਇੱਧਰ ਤੇਲ ਹੋ ਰਿਹਾ ਗਰਮ ਇੱਧਰ ਦੁੱਧ ਬੋਇਲ ਹੋ ਰਿਹਾ ਤੇ ਇੱਧਰ ਆਲੂ ਦੇ ਪਰਾਂਠੇ ਦਾ ਬੈਟਰ ਉਹ ਰੈਡੀ ਆ ਤੇ ਪੂੜੀ ਖਾਣੀ ਆ ਇਹਨਾਂ ਨੇ ਆਲੂ ਮਟਰ ਦੇ ਨਾਲ ਤੇ ਇਹ ਹੁਣ ਆਪਾਂ ਥੋੜ੍ਹੇ ਜਿਹੇ ਇਹਨੂੰ ਕਰ ਦੇਵਾਂਗੇ ਗਰਮ ਫਿਰ ਇਹਨਾਂ ਆਪਾਂ ਪੂੜੀ ਦੇਵਾਂਗੇ ਸੋ ਲਓ ਜੀ ਇੱਥੇ ਮੈਂ ਬਣਾ ਰਹੀ ਹਾਂ ਪੂੜੀ ਪੂੜੀ ਵੇਲ ਰਹੀ ਹਾਂ ਅਤੇ ਪੂੜੀ ਕਰ ਰਹੀ ਹਾਂ ਫਰਾਈ ਅਤੇ ਪੂੜੀ ਤੁਸੀਂ ਵੇਖੋ ਮੇਰੀ ਕਿੰਨੀ ਜ਼ਿਆਦਾ ਫਲੱਫੀ ਬਣ ਗਈ ਆ ਫੁੱਲੀ ਫੁੱਲੀ ਪੂੜੀ ਆ ਅਤੇ ਮੈਂ ਬਣਾ ਰਹੀ ਹਾਂ ਬੜੀ ਭੁੱਖ ਲੱਗੀ ਸਭ ਨੂੰ ਇਸ ਕਰਕੇ ਦੇਖੋ ਪੂੜੀ ਇੱਕਦਮ ਫਲੱਫ ਹੋ ਰਹੀ ਆ ਅਤੇ ਸੀਰੀਅਸਲੀ ਬਹੁਤ ਜ਼ਿਆਦਾ ਵਧੀਆ ਬਣੀ ਸੀ ਮੈਂ ਇੱਕ ਆਲੂ ਭਰ ਕੇ ਵੀ ਪੂੜੀ ਬਣਾਈ ਸੀ ਉਹ ਵੀ ਬਹੁਤ ਵਧੀਆ ਬਣੀ ਸੀ ਟੇਸਟੀ ਬਹੁਤ ਸੀ ਉਹ ਫੁੱਲੀ ਨਹੀਂ ਪਰ ਉਹਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਸੀਗਾ ਅਤੇ ਇਹ ਤਾਂ ਸਾਡੀ ਬਣ ਗਿਆ ਅਤੇ ਹੁਣ ਆਪਾਂ ਇਹਨੂੰ ਕਰ ਦਿੰਦੇ ਹਾਂ ਸਰਵ ਅਤੇ ਕਾਸ਼ੀ ਨੂੰ ਵੀ ਕਰ ਦਿੰਦੇ ਹਾਂ ਉਹ ਵੀ ਆਵਾਜ਼ ਮਾਰ ਰਹੀ ਹੈ ਕਿ ਮੈਂ ਪੂੜੀ ਖਾਣੀ ਆ ਸਾਡਾ ਸਾਰਿਆਂ ਦਾ ਅਤੇ ਹੁਣ ਇੱਕ ਚੀਜ਼ ਯਾਦ ਆਈ ਕਿ ਆਪਾਂ ਕੁਛ ਲੈਣਾ ਸੀਗਾ ਅਤੇ ਹੁਣ ਆਪਾਂ ਚੱਲੇ ਹਾਂ ਉਹ ਚੀਜ਼ ਲੈਣ ਵਾਸਤੇ ਅਤੇ ਕਾਸ਼ਵੀ ਵੀ ਸਾਡੇ ਨਾਲ ਚੱਲੀ ਆ ਸੋ ਵੇਖਦੇ ਹਾਂ ਆਪਾਂ ਕੀ ਲੈਣ ਲੱਗੇ ਹਾਂ ਸੋ ਉਹ ਚੀਜ਼ ਕਾਸ਼ਵੀ ਲਈ ਆ ਸੋ ਉਹਦੇ ਲਈ ਬਾਈ ਕਰਾਂਗੇ ਸੋ ਚਲੋ ਤੁਹਾਨੂੰ ਵੀ ਆਪਾਂ ਲੈ ਕੇ ਚੱਲਦੇ ਹਾਂ ਨਾਲ ਸੋ ਬੋਲੀ ਤੇ ਕਹਾਂ ਜਾ ਰਹੇ ਹੋ ਛਿੱਪੀ ਲੈਣੇ ਜਾ ਰਹੇ ਹੋ ਕਾਸ਼ਵੀ ਨੇ ਲਿਏ ਹੈ 2 ਸਲੀਪਰਸ ਕਿਤਨੇ ਵੈਰੀ ਗੁੱਡ